ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੇਰਾ ਨਾਮ ਜਤਿੰਦਰ ਸਿੰਘ ਖੇੜਾ ਖਬਰਾਂ ਦੇ ਇਸ ਬੁਲੇਟਿਨ ਸੇ ਤੁਹਾਡਾ ਸਵਾਗਤ ਹੈ ਨਿਗਮ ਆਦਿ ਚੋਣਵੀਆਂ ਖਬਰਾਂ ਤੇ ਆਪ ਦਿੱਲੀ ਵਿੱਚ ਕਰੇਗੀ ਸ਼ਕਤੀ ਪ੍ਰਦਰਸ਼ਨ ਸਿੱਧੂ ਮੂਸੇਵਾਲਾ ਕਤਲ ਕੇਸ ਚ ਸ਼ਾਮਲ ਦੋ ਗੈਂਗਸਟਰ ਗ੍ਰਿਫਤਾਰ ਫਰਜ਼ੀ ਖਰੀਦ ਘੁਟਾਲਾ ਆਸ਼ੂ ਹੁਣ ਨਵੀਂ ਮੁਸੀਬਤ ਚ ਕਿਰਨ ਲੱਗੇ ਕਿਸਾਨਾਂ ਦੀ ਵਿਗੜੀ ਆਰਥਿਕਤਾ ਨੂੰ ਲੀਤੇ ਲਿਆਵੇਗਾ ਹਰਪਾਲ ਸਿੰਘ ਟੀਮਾ ਦਾ ਇਹ ਵੱਡਾ ਬਿਆਨ ਹਾਈ ਕੋਰਟ ਤੋਂ ਰਾਹਤ ਮਗਰੋਂ ਜੇਲ੍ਹ ਤੋਂ ਬਾਹਰ ਆਏ ਦਲੇਰ ਮਹਿੰਦੀ ਈਡੀ ਦੀ ਪੁਸ਼ਪਰਤਾਲ ਪੰਜਾਬ ਵੱਲ ਸੇ ਦਿੱਤ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਫਰੀਦਕੋਟ ਦੀ ਜਰਮਨ ਕਲੋਨੀ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਦਾਨਗੀ ਨੂੰ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਦੋ ਤਿੰਨ ਵਿਚਾਲੇ ਜ਼ਬਰਦਸਤ ਝੜਪ ਹੋ ਗਈ ਇਹ ਝੜਪ ਇੰਨੀ ਵੱਧ ਗਈ ਕਿ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਸਿਰਫ ਘਸੌਨ ਮੁਕੇ ਨਹੀਂ ਸਗੋਂ ਕਿਰਪਾਨਾਂ ਤੱਕ ਵੀ ਚਲਾਈਆਂ ਗਈਆਂ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਜਾਏ ਗਏ ਪਵਿੱਤਰ ਸ਼ਸਤਰ ਚੁੱਕੇ ਚੁੱਕੇ ਹੀ ਇੱਕ ਦੂਜੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏ ਇਸ ਖੂਨੀ ਸੰਗਰਾਮ ਦੇ ਵਿੱਚ ਕਈਆਂ ਦੀਆਂ ਪੱਗਾਂ ਵੀ ਲੱਥੀਆਂ ਅੱਜ ਸੰਗਰਾਮ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਇਸ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਦੋਵੇਂ ਧਿਰਾਂ ਗੁਰਦੁਆਰਾ ਸਾਹਿਬ ਦੇ ਵਿੱਚ ਗੁੱਥਮ ਗੁੱਥੀ ਹੁੰਦੀਆਂ ਵੇਖੀਆਂ ਜਾ ਸਕਦੀਆਂ ਨੇ ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ ਇਹ ਵਿਵਾਦ ਗੁਰਦੁਆਰਾ ਸਾਹਿਬ ਦੀ ਮੌਜੂਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਵਿਚਾਲੇ ਚੱਲ ਰਿਹਾ ਸੀ ਸ਼ਨੀਵਾਰ ਨੂੰ ਸੰਗਰਾਮ ਦੇ ਮੌਕੇ ਗੁਰਦੁਆਰਾ ਸਾਹਿਬ ਅੰਦਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੀ ਦੋਹੇ ਧਿਰਾਂ ਵਿਚਾਲੇ ਬੈਂਸ ਹੋ ਗਈ ਇਹ ਬੈਂਸ ਇੰਨੀ ਵੱਧ ਗਈ ਕਿ ਦੋਹਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਗਿਆ ਦੱਸਣਯੋਗ ਹੈ ਕਿ ਸੰਗਰਾਮ ਮੌਕੇ ਗੁਰਦੁਆਰਾ ਸਾਹਿਬ ਦੇ ਹਾਲ ਵਿਕੇ ਪਾਰੀ ਗਿਣਤੀ ਦੇ ਵਿੱਚ ਸੰਗਤਾਂ ਬੜੀ ਸ਼ਰਧਾ ਨਾਲ ਆਪਣੀ ਹਾਜ਼ਰੀ ਲਗਾਉਣ ਆਈਆਂ ਹੋਈਆਂ ਸਨ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਜੂਦਾ ਪ੍ਰਧਾਨ ਭੋਗੋ ਪਰੰਧ ਸੰਗਤਾਂ ਨੂੰ ਸੰਬੋਧਨ ਕਰਕੇ ਅਜੇ ਆਪਣੀ ਜਗ੍ਹਾ ਤੇ ਬੈਠਣੀ ਲੱਗੇ ਸਨ ਤਾਂ ਸੰਗਤਾਂ ਦੇ ਵਿੱਚ ਪਹਿਲਾਂ ਤੋਂ ਹੀ ਆਪਣੇ ਸਾਥੀਆਂ ਸਮੇਤ ਬੈਠੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦੀ ਪ੍ਰਧਾਨਗੀ ਨੂੰ ਲੈ ਕੇ ਬਹਿਸ ਹੋ ਗਈ ਅਤੇ ਫਿਰ ਇਸ ਨੇ ਗੰਭੀਰ ਰੂਪ ਧਾਰਨ ਕਰ ਲਿਆ। ਇਸ ਦੌਰਾਨ ਇੱਕ ਦੂਸਰੇ ਤੇ ਵਾਰ ਕਰਨ ਲਈ ਹਮਲਾਵਰਾਂ ਨੇ ਪਵਿੱਤਰ ਸ਼ਸਤਰ ਚੁਕਲੇ ਅਤੇ ਇੱਕ ਦੂਸਰੇ ਨੂੰ ਗਾਲੀ-ਕਲੋਚ ਵੀ ਕੀਤਾ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਘਟਨਾ ਦੇ ਵਿੱਚ ਪਤੀ-ਪਤਨੀ ਦੇ ਜ਼ਖਮੀ ਹੋ ਜਾਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਦਕਿ ਪੁਲਿਸ ਕਾਰਵਾਈ ਕਰ ਰਹੀ ਹੈ। ਆਪਰੇਸ਼ਨ ਲੋਟਸ ਦਰਮਿਆਨ ਆਮ ਆਦਮੀ ਪਾਰਟੀ ਹੁਣ ਦਿੱਲੀ ਵਿੱਚ 18 ਸਤੰਬਰ ਨੂੰ ਆਪਣੀ ਸਿਆਸਤ ਤਾਕਤ ਦਾ ਮਜ਼ਾਰਾ ਕਰੇਗੀ। ਭਾਜਪਾ ਦੀ ਕੇਂਦਰੀ ਹਕੂਮਤ ਨੂੰ ਆਪਣੀ ਇਕਜੁੱਟਤਾ ਦਿਖਾਉਣ ਦੇ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੇਸ਼ ਪਰਚੋਂ ਆਪਣੀ ਪਾਰਟੀ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਦਿੱਲੀ ਪੁੱਜਣ ਦਾ ਸੱਦਾ ਦਿੱਤਾ ਹੈ ਆਪ ਵੱਲੋਂ 18 ਸਤੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਦੇ ਵਿੱਚ ਕੌਮੀ ਜਨ ਪ੍ਰਤੀਨਿਧੀ ਸੰਮੇਲਨ ਕੀਤਾ ਜਾਣਾ ਹੈ ਅਤੇ ਇਸ ਸਟੇਡੀਅਮ ਦੀ ਸਮਰੱਥਾ ਕਰੀਬ 1200 ਵਿਅਕਤੀਆਂ ਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ 18 ਸਤੰਬਰ ਦੀ ਸਵੇਰ ਨੂੰ ਵਿਦੇਸ਼ ਦੌਰੇ ਤੋਂ ਪਰਤ ਰਹੇ ਨੇ ਇਸ ਕੌਮੀ ਸੰਮੇਲਨ ਦੇ ਵਿੱਚ ਸ਼ਾਮਲ ਹੋਣਗੇ ਪੰਜਾਬ ਤੋਂ ਆਪ ਦੇ ਬਾਕੀ ਕਨਵੇਂ ਵਿਧਾਇਕ 18 ਸਤੰਬਰ ਨੂੰ ਸਵੇਰੇ 9 ਵਜੇ ਸਮਾਗਮ ਵਾਲੀ ਥਾਂ ਤੇ ਪਹੁੰਚ ਜਾਣਗੇ। ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨਗਰ ਨਿਗਮ ਮੋਹਾਲੀ ਦੇ ਆਪਣੇ ਹਮਾਇਤੀ ਕਾਉਂਸਲਰ ਦੇ ਨਾਲ ਦਿੱਲੀ ਜਾਣਗੇ। ਪੰਜਾਬ ਦੇ ਵਿੱਚ ਆਪ ਦੇ ਚੁਣੇ ਸਰਪੰਚਾਂ ਅਤੇ ਕਾਉਂਸਲਰ ਵੀ ਇਸ ਸੰਮੇਲਨ ਦੇ ਵਿੱਚ ਸ਼ਾਮਲ ਹੋਣਗੇ। ਪੰਜਾਬ ਦੀ ਆਪ ਸਰਕਾਰ ਨੇ ਪਿਛਲੇ 2 ਦਿਨਾਂ ਤੋਂ ਭਾਜਪਾ ਹਕੂਮਤ ਤੇ ਆਪਰੇਸ਼ਨ ਲੋਟਸ ਦੇ ਹੇਠ ਆਪਣੇ ਵਿਧਾਇਕਾਂ ਦੀ ਖਰੀਦ ਫਰੋਕਤ ਕੀਤੇ ਜਾਣ ਦੇ ਦੋਸ਼ ਲਾਏ ਸਨ। ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਐਡੀ ਦੇ ਛਾਪਿਆਂ ਦਾ ਖੌਫ ਵੀ ਪਿਛਲੇ ਦਿਨਾਂ ਤੋਂ ਦਿਖ ਰਿਹਾ ਹੈ ਆਪ ਸੁਪਰੀਮ ਅਰਵਿੰਦ ਕੇਚਰੀਵਾਲ ਸੰਗੀ ਜਾਂਚ ਏਜੰਸੀਆਂ ਦੇ ਛਾਪਿਆਂ ਤੇ ਆਪਰੇਸ਼ਨ ਲੋਟਸ ਰਾਹੀਂ ਬਣਾਏ ਮਾਹੌਲ ਦਰਮਿਆਨ ਆਪ ਦੇ ਚੁਣੇ ਹੋਏ ਪ੍ਰਤੀਨਿਧਾਂ ਦੇ ਏਕੇ ਦਾ ਪ੍ਰਦਰਸ਼ਨ ਕਰਨਗੇ ਇਸ ਦੌਰਾਨ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਤੇ ਵੀ ਨਜ਼ਰ ਰਹੇਗੀ ਚੁਣੇ ਹੋਏ ਨੁਮਾਇੰਦਿਆਂ ਨੂੰ ਇਨ੍ਹਾਂ ਸੂਬਿਆਂ 'ਚ ਚੋਣਾਂ ਦੀ ਤਿਆਰੀ ਲਈ ਸੱਦਾ ਦਿੱਤਾ ਜਾਣਾ ਹੈ ਗੁਜਰਾਤ 'ਚੋਂ ਕਈ ਆਗੂ ਇਸ ਸਮੇਲਨ ਦੇ ਵਿੱਚ ਪੁੱਜਣਗੇ ਉਂਝ ਪੰਜਾਬ ਤੇ ਦਿੱਲੀ ਦੇ ਚੋਣੇ ਵਿਧਾਇਕ ਮੋਰੀ ਰਹਿਣਗੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਦੇ ਮੱਦੇਨਜ਼ਰ ਨਵੀਆਂ ਡਿਊਟੀਆਂ ਵੀ ਲਗਾਈਆਂ ਜਾਣਗੀਆਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗਾਇਕ ਮੂਸੇਵਾਲਾ ਕਤਲ ਵਿੱਚ ਲੁੜਿੰਦੇ ਦੋ ਗੈਂਗਸਟਰਾਂ ਮਨਪ੍ਰੀਤ ਸਿੰਘ ਉਰਫ ਮਨੀਰਈਆ ਅਤੇ ਮਨਦੀਪ ਸਿੰਘ ਉਰਫ ਮਨਦੀਪ ਤੂਫਾਨ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਨੂੰ ਅੰਮ੍ਰਿਤਸਰ ਦੇ ਪਿੰਡ ਹਰਸ਼ਾ ਸ਼ੀਨਾ ਤੇ ਦੂਜੇ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਖੱਖ ਵਿੱਚੋਂ ਕਾਬੂ ਕੀਤਾ ਗਿਆ ਮਨਦੀਪ ਸਿੰਘ ਉਰਫ ਤੂਫਾਨ 24 ਖਿਲਾਫ 7 ਕੇਸ ਦਰਜ ਨੇ ਇਹ ਅੰਮ੍ਰਿਤਸਰ ਦੇ ਕਾਉਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਮਾਮਲੇ ਦੇ ਵਿੱਚ ਵੀ ਸ਼ਾਮਲ ਸੀ ਮਰਪ੍ਰੀਤ ਸਿੰਘ ਉਰਫ ਮਨੀ ਜੋ ਕਿ 30 ਸਾਲਾਂ ਦੇ ਨੇ ਖਿਲਾਫ 18 ਕੇਸ ਦਰਜ ਨੇ ਇਹ ਦੋਵੇਂ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਅਤੇ ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਮਾਮਲੇ ਸਮੇਤ ਹੋਰ ਕਈ ਕੇਸਾਂ ਦੇ ਵਿੱਚ ਪੁਲਿਸ ਨੂੰ ਲੜੀਂਦੇ ਸਨ ਦੋਵਾਂ ਨੂੰ ਦੀਪਕ ਮੁੰਡੀ ਦੀ ਗ੍ਰਿਫਤਾਰੀ ਮਗਰੋਂ ਕਾਬੂ ਕੀਤਾ ਗਿਆ ਹੈ ਪੁਲਿਸ ਨੇ ਇਹਨਾਂ ਕੋਲੋਂ 4 ਪਿਸਤੌਲ ਅਤੇ 63 ਗੋਲੀਆਂ ਵੀ ਬਰਾਮਦ ਕੀਤੀਆਂ ਨੇ ਇਨ੍ਹਾਂ ਵਿੱਚੋਂ ਇੱਕ ਪਿਸਤੌਲ ਚੀਨ ਅਤੇ ਦੂਜਾ ਯੂਐਸਏ ਦਾ ਬਣਿਆ ਹੋਇਆ ਹੈ ਪਤਾ ਲੱਗਿਆ ਹੈ ਕਿ ਇਹ ਦੋਵੇਂ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਲਈ ਭੇਜੀ ਗਈ ਪਹਿਲੀ ਟੀਮ ਦੇ ਵਿੱਚ ਸ਼ਾਮਲ ਸਨ ਮਨੀ ਰਈਆ ਅਤੇ ਤੂਫਾਨ ਸਮੇਤ ਗੈਂਗਸਟਰ ਕਪਿਲ ਗਾਂਤੀ ਤੇ ਸਚਿਨ ਵੱਲੋਂ ਪੰਜਾਬੀ ਗਾਇਕ ਦੇ ਪਿੰਡ ਦੀ ਫਰਵਰੀ ਵਿੱਚ ਦੋ ਤਿੰਨ ਵਾਰ ਰੇਕੀ ਕੀਤੀ ਗਈ ਸੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਨ੍ਹਾਂ ਨੇ ਪੰਜਾਬੀ ਗਾਇਕ ਨੂੰ ਕਤਲ ਕਰਨ ਦੀ ਬਣਾਈ ਯੋਜਨਾ ਦੇ ਲਈ ਪੁਲਿਸ ਦੀ ਵਰਦੀ ਦਾ ਵੀ ਪ੍ਰਬੰਧ ਕੀਤਾ ਸੀ ਪਰ ਇਹ ਸਫਲ ਨਹੀਂ ਹੋ ਸਕੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੇ ਲਈ ਦੋ ਟੀਮਾਂ ਬਣਾਈਆਂ ਸਨ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾ ਗ੍ਰਿਫਤਾਰ ਕੀਤੇ ਗਏ ਸਤਵੀਰ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਮਈ ਦੇ ਵਿੱਚ ਤੂਫਾਨ ਅਤੇ ਮਨੀ ਨੂੰ ਆਪਣੀ ਕਾਰਤ ਵਿੱਚ ਬਠਿੰਡਾ ਲੈ ਕੇ ਆਇਆ ਸੀ ਜਿੱਥੇ ਦੂਜੀ ਟੀਮ ਦੇ ਮੈਂਬਰਾਂ ਮੰਨੂ ਅਤੇ ਪ੍ਰਿਯਵਰਤ ਫੌਜੀ ਦੇ ਨਾਲ ਇਹਨਾਂ ਨੂੰ ਮਿਲਾਇਆ ਸੀ। ਇਹਨਾਂ ਨੂੰ ਗ੍ਰਿਫਤਾਰ ਕਰਨ ਵਾਲੀ ਟੀਮ ਵਿੱਚ ਪੁਲਿਸ ਦੇ ਏਡੀਜੀਸੀ ਅਭਿਮਨਿਉ ਰਾਣਾ, ਡੀਐਸਪੀ ਪਰਮੇਂਦਰ ਸਿੰਘ ਰਾਜਨ ACP ਗੁਰਪ੍ਰਿੰਦਰ ਸਿੰਘ ਨਾਗਰਾ ਸ਼ਾਮਲ ਸਨ ਇਹਨਾਂ ਦੇ ਨਾਲ ਅੰਮ੍ਰਿਤਸਰ ਕਮਿਸ਼ਨਰੇਟ ਦੀ ਇੱਕ ਪੁਲਿਸ ਟੀਮ DCP ਬਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਵੀ ਸ਼ਾਮਲ ਰਹੀ ਪੰਜਾਬ ਦੇ ਵਿੱਚ ਕਾਂਗਰਸੀ ਰਾਜ ਦੌਰਾਨ ਹੋਏ ਟੈਂਡਰ ਅਲਾਟਮੈਂਟ ਘੁਟਾਲੇ 'ਚੋਂ ਹੁਣ ਨਵਾਂ ਫਰਜ਼ੀ ਖਰੀਦ ਘੁਟਾਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਪੂਸ਼ਣ ਆਸ਼ੂ ਨਵੀਂ ਮੁਸੀਬਤ ਦੇ ਵਿੱਚ ਚੱਕਿਰਗੇ ਜਾਪਦೇನೆ ਵਿਜੀਲੈਂਸ ਬਿਊਰੋ ਪੰਜਾਬ ਨੇ ਪਹਿਲਾਂ ਹੀ ਟੈਂਡਰ ਅਲਾਟਮੈਂਟ ਘੁਟਾਲੇ ਦੇ ਵਿੱਚ ਸਾਬਕਾ ਮੰਤਰੀ ਖਿਲਾਫ ਕੇਸ ਦਰਜ ਕੀਤਾ ਹੋਇਆ ਹੈ ਕਾਂਗਰਸੀ ਹਕੂਮਤ ਦੌਰਾਨ ਪੰਜਾਬ ਦੇ ਵਿੱਚ ਝੋਨੇ ਦੀ ਪੈਦਾਵਾਰ ਅਤੇ ਖਰੀਦ ਵਿੱਚ ਵੱਡਾ ਫਰਕ ਸਾਹਮਣੇ ਆਇਆ ਹੈ ਜਿਸ ਵਿੱਚ ਨਵੇਂ ਕਪਲੇ ਦਾ ਧੂਆਂ ਉੱਠਣ ਲੱਗਾ ਹੈ ਲੰਘੇ ਦਿਨੀ ਟੈਂਡਰ ਕਟਾਲੇ ਦੇ ਵਿੱਚ ਵਿਜੀਲੈਂਸ ਨੇ ਕ੍ਰਿਸ਼ਨ ਲਾਲ ਧੋਤੀਵਾਲਾ ਨੂੰ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਅਧਿਕਾਰੀ ਦੱਸਦੇ ਨੇ ਕਿ ਧੋਤੀਵਾਲਾ ਦੀ ਗ੍ਰਿਫਤਾਰੀ ਦੇ ਨਾਲ ਝੋਨੇ ਦੀ ਖਰੀਦ ਦੇ ਵਿੱਚ ਕਪਲਾ ਹੋਣ ਦੀ ਗੱਲ ਉਭਰੀ ਹੈ ਜਿਤੇ ਰਹੇ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਮੁੱਦਾ ਚੁੱਕਿਆ ਜਾਂਦਾ ਰਿਹਾ ਸੀ ਕਿ ਪੰਜਾਬ ਵਿੱਚ ਝੋਨੇ ਦੀ ਪੈਦਾਵਾਰ ਘਟ ਹੋਈ ਹੈ ਜਦੋਂ ਕਿ ਝੋਨੇ ਦੀ ਖਰੀਦ ਜ਼ਿਆਦਾ ਹੋ ਰਹੀ ਹੈ ਕੇਂਦਰ ਸਰਕਾਰ ਨੇ ਪਹਿਲਾਂ ਹੀ ਇਸ ਬਾਰੇ ਸ਼ੱਕ ਜਾਰੀ ਕੀਤਾ ਸੀ ਅਤੇ ਪੰਜਾਬ ਵੱਲੋਂ ਝੋਨੇ ਦੀ ਖਰੀਦ ਲਈ ਰੱਖੇ ਟੀਚਿਆਂ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਸੀ ਵਿਜੀਲੈਂਸ ਜਾਂਚ ਦੇ ਵਿੱਚ ਹੁਣ ਸਾਹਮਣੇ ਆਇਆ ਹੈ ਕਿ ਦੂਜੇ ਸੂਬਿਆਂ ਤੋਂ 1100 ਅਤੇ 1200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਝੋਨਾ ਖਰੀਦ ਕੇ ਪੰਜਾਬ ਲਿਆਂਦਾ ਜਾਂਦਾ ਸੀ ਅਤੇ ਸੂਬੇ ਦੀ ਖਰੀਦ ਕੇਂਦਰਾਂ ਦੇ ਵਿੱਚ ਸਰਕਾਰੀ ਭਾਅ ਦੇ ਉੱਤੇ ਵੇਚਿਆ ਜਾਂਦਾ ਸੀ ਪ੍ਰਤੀ ਕੁਇੰਟਲ ਪਿੱਛੇ ਕਤ ਤਕਰੀਬਨ 600 ਤੋਂ 700 ਰੁਪਏ ਦੀ ਰਕਮ ਜੇ ਵਿੱਚ ਚਲੀ ਜਾਂਦੀ ਸੀ ਇੱਕ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਇਸ ਖਰੀਦ ਤੇ ਪਰਦਾ ਪਾਉਣ ਲਈ ਫਰਜ਼ੀ ਰਿਕਾਰਡ ਤਿਆਰ ਕੀਤਾ ਜਾਂਦਾ ਸੀ ਅਤੇ ਬਾਹਰੋਂ ਲਿਆਂਦਾ ਝੋਨਾ ਸਥਾਨਕ ਕਿਸਾਨਾਂ ਤੋਂ ਖਰੀਦਿਆ ਦਿਖਾਇਆ ਜਾਂਦਾ ਸੀ ਵਿਜੀਲੈਂਸ ਦੇ ਵੱਲੋਂ ਇਸ ਫਰਜ਼ੀ ਖਰੀਦ ਮਾਮਲੇ ਦੇ ਵਿੱਚ ਸਾਬਕਾ ਖੁਰਾਕ ਮੰਤਰੀ ਭਾਰਤ ਪੂਸ਼ਨ ਅਸ਼ਰਵ ਅਤੇ ਬਰਖਾਸਤ ਡਿਪਟੀ ਡਾਇਰੈਕਟਰ ਰਕੇਸ਼ ਸਿੰਗਲਾ ਦੀ ਪਿੰਮਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਵੇਰਵੇ ਅਨੁਸਾਰ ਸਾਲ 21 ਵਿੱਚ ਪੰਜਾਬ ਦੇ ਵਿੱਚ 164 ਲੱਖ ਮੀਟ੍ਰਿਕ ਟਨ ਝੋਨੇ ਦੀ ਪੈਦਾਵਾਰ ਹੋਈ ਸੀ ਪਰੰਤੂ ਇਸੇ ਬਰੇ ਖਰੀਦ 202.82 ਲੱਖ ਮੀਟ੍ਰਿਕ ਟਨ ਹੋਈ ਸੀ ਉਸ ਤੋਂ ਪਹਿਲਾਂ ਸਾਲ 1920 ਦੇ ਵਿੱਚ ਸੂਬੇ ਦੇ ਵਿੱਚ 152 ਲੱਖ ਮੀਟ੍ਰਿਕ ਝੋਨੇ ਦੀ ਪੈਦਾਵਾਰ ਹੋਈ ਸੀ ਇਸੇ ਜਿਸ ਵਿੱਚੋਂ ਖਰੀਦ 163.82 ਲੱਖ ਮੀਟ੍ਰਿਕ ਟਨ ਹੋਈ ਸੀ ਇਸ ਤੋਂ ਇਲਾਵਾ ਸਾਲ 1819 ਵਿੱਚ ਪੈਦਾਵਾਰ 169 ਲੱਖ ਮੀਟ੍ਰਿਕ ਟਨ ਦੀ ਸੀ ਅਤੇ ਇਸ ਵਰੇ ਦੌਰਾਨ ਚੋਨੇ ਦੀ ਖਰੀਦ 169.16 ਲੱਖ ਮੀਟ੍ਰਿਕ ਟਨ ਸੀ ਪੀਏਯੂ ਦੇ ਵੱਲੋਂ ਰੌਣੀ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਕਰਵਾਏ ਗਏ ਕਿਸਾਨ ਮੇਲੇ ਦਾ ਉਦਘਾਟਨ ਅੱਜ ਇੱਥੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਨੇ ਕੀਤਾ ਉਹਨਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਤੇ ਪੰਜਾਬੀ ਇਸ ਮਿੱਟੀ ਦੇ ਵਿੱਚੋਂ ਸੋਨਾ ਉਗਾਉਣ ਦੀ ਸਮਰੱਥਾ ਰੱਖਦੇ ਨੇ ਉਨਾ ਕਿਆ ਕਿ ਸੂਬਾ ਸਰਕਾਰ ਖੇਤੀ ਦੇ ਧੰਦੇ ਦੇ ਵਿੱਚ ਆਏ ਨਿਗਾਰ ਕਰਨ ਕਿਸਾਨਾਂ ਦੀ ਵਿਗੜੀ ਆਰਥਿਕਤਾ ਨੂੰ ਮੁੜ ਲੀਤੇ ਲਿਆਉਣ ਦੇ ਲਈ ਸੰਜੀਦਗੀ ਦੇ ਨਾਲ ਯਤਨ ਕਰ ਰਹੀ ਹੈ। ਵਿਦੇਸ਼ ਭੇਜਣ ਦੇ ਮਾਮਲੇ 'ਚ ਧੋਖਾਧੜੀ ਦੇ ਦੋਸ਼ਾਂ ਤਹਿਤ ਹੋਈ 2 ਸਾਲਾਂ ਦੀ ਸਜ਼ਾ ਅਧੀਨ ਤੋਂ ਤੋਂ 2 ਮਹੀਨਿਆਂ ਬਾਅਦ ਪਟਿਆਲਾ ਜੇਲ੍ਹ 'ਚ ਬੰਦ ਗਾਇਕ ਤਲੇਰ ਮਹਿੰਦੀ ਹਾਈ ਕੋਰਟ ਤੋਂ ਰਾਹਤ ਮਿਲਣ ਮਗਰੋਂ ਅੱਜ ਜੇਲ੍ਹ ਤੋਂ ਬਾਹਰ ਆ ਗਏ ਨੇ। ਉਹਨਾਂ ਵੱਲੋਂ ਪਾਈ ਗਈ ਅਪੀਲ ਤੇ ਰਾਹਤ ਤਾਂ 15 ਸਤੰਬਰ ਨੂੰ ਹੀ ਮਿਲ ਗਈ ਸੀ ਪਰ ਰਿਹਾਈ 16 ਸਤੰਬਰ ਨੂੰ ਸ਼ਾਮ 5 ਵਜੇ ਹੀ ਸੰਭਵ ਹੋ ਸਕੇ ਕਿਉਂਕਿ ਪਹਿਲਾਂ ਦਸਤਾਵੇਜ਼ ਨਹੀਂ ਪੁੱਜੇ ਸਨ ਜਿਕਰ ਇਹੋ ਹੈ ਕਿ ਉਹਨਾਂ ਖਿਲਾਫ ਵਕ ਵਕ ਧਰਾਵਾ ਤਹਿਤ 19 ਸਤੰਬਰ 2003 ਨੂੰ ਥਾਣਾ ਸਦਰ ਪਟਿਆਲਾ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਮਹਿੰਦੀ ਉੱਤੇ ਦੋਸ਼ ਲੱਗੇ ਸਨ ਕਿ ਉਹਨਾਂ 13 ਲੱਖ ਚ ਕਲਾਕਾਰ ਮੰਡਲੀ ਦੇ ਮੈਂਬਰ ਜੋ ਵਿਅਕਤੀ ਨੂੰ ਕੈਨੇਡਾ ਲੈ ਜਾਣ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਨਹੀਂ ਕੀਤਾ ਗਿਆ ਤੇ ਨਾ ਹੀ ਪੈਸੇ ਮੁੜ ਗਏ ਨੇ ਇਸ ਕੇਸ ਦੌਰਾਨ ਦਲੇਰ ਦੇ ਪਰਾ ਸ਼ਮਸ਼ੇਰ ਮਹਿੰਦੀ ਨੂੰ ਵੀ ਕਈ ਮਹੀਨੇ ਜੇਲ੍ਹ ਚ ਰਹਿਣਾ ਪਿਆ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸ਼ਮਸ਼ੇਰ ਮਹਿੰਦੀ ਅਤੇ ਇੱਕ ਹੋਰ ਮੁਲਜ਼ਮ ਦੀ ਮੌਤ ਹੋ ਗਈ ਸੀ ਮਗਰੋਂ 2004 ਦੇ ਵਿੱਚ ਚਲਾਨ ਪੇਸ਼ ਕਰਦਿਆਂ ਪੁਲਿਸ ਨੇ ਦਲੇਰ ਮਹਿੰਦੀ ਨੂੰ ਬੇਕਸੂਰ ਵੀ ਗਰਦਾਨਿਆ ਸੀ ਇਸ ਕਰਕੇ ਕਈ ਸਾਲਾਂ ਤੱਕ ਉਹ ਟਰਾਇਲ 'ਚ ਵੀ ਸ਼ਾਮਲ ਨਾ ਹੋਏ ਪਰ ਮਦਈ ਧਿਰ ਦੇ ਵਕੀਲ ਦੀ ਅਰਜ਼ੀ ਦੇ ਤੇ ਅਦਾਲਤ ਨੇ ਦਲੇਰ ਮਹਿੰਦੀ ਨੂੰ ਟਰਾਇਲ ਦਾ ਸਾਹਮਣਾ ਕਰਨ ਦੀ ਤਾਕੀਦ ਕੀਤੀ ਇਜ਼ਰਾਨ 2018 ਚ ਦਲੇਰ ਨੂੰ 2 ਸਾਲਾਂ ਦੀ ਸਜ਼ਾ ਹੋਈ ਪਰ ਫੈਸਲੇ ਨੂੰ ਚੁਣੌਤੀ ਦੇਣ ਕਰਕੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਹਾਲਾਂਕਿ ਜੁਲਾਈ 2022 ਨੂੰ ਇੱਥੋਂ ਦੀ ਹੀ ਇੱਕ ਉੱਪਰਲੀ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਵਾਲਾ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰੱਖੇ ਜਾਣ ਕਰਕੇ 14 ਜੁਲਾਈ ਨੂੰ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸੀ ਇਸ ਤੋਂ ਬਾਅਦ ਉਹਨਾਂ ਹਾਈ ਕੋਰਟ ਦਾ ਰੁਕ ਕੀਤਾ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਦਿੱਲੀ ਆਬਾਕਾਰੀ ਨੀਤੀ ਘਟਾੜੇ ਦੇ ਵਿੱਚ ਪੰਜਾਬੀ ਆਬਾਕਾਰੀ ਵਿਭਾਗ ਦੇ ਦੋ ਆਈਐਸ ਅਫਸਰਾਂ ਅਤੇ ਇੱਕ ਸੰਯੁਕਤ ਕਮਿਸ਼ਨਰ ਤੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਹਨਾਂ ਅਧਿਕਾਰੀਆਂ ਤੋਂ ਪੁੱਛ ਪੜਤਾਲ ਕਰਕੇ ਈਡੀ ਨੇ ਆਪਣੇ ਕਦਮ ਪੰਜਾਬ ਵੱਲ ਵਧਾ ਲਏ ਨੇ ਈਡੀ ਵੱਲੋਂ ਕਰੀਬ ਇੱਕ ਹਫ਼ਤੇ ਤੋਂ ਚੁੱਪ ਚੁਪੀ ਤੇ ਇਹਨਾਂ ਅਧਿਕਾਰੀਆਂ ਨੂੰ ਵਾਰੋ-ਵਾਰੀ ਤਲਬ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਦਿੱਲੀ ਦੀ ਆਬਾਕਾਰੀ ਨੀਤੀ ਵਿੱਚ ਬੇਨੀਮੀਆਂ ਨੂੰ ਲੈ ਕੇ ਪਹਿਲਾਂ ਹੀ ਇੱਕ ਕੇਸ ਦਰਜ ਹੋ ਚੁੱਕਾ ਹੈ ਆਪ ਨੂੰ ਪਹਿਲਾਂ ਹੀ ਖੱਤਸਾ ਸੀ ਕਿ ED ਪੰਜਾਬ ਦੇ ਅਫਸਰਾਂ ਤੱਕ ਪਹੁੰਚ ਸਕਦੀ ਹੈ ED ਦੀਆਂ ਟੀਮਾਂ ਨੇ 6 ਸਤੰਬਰ ਨੂੰ ਆਬਾਕਾਰੀ ਤੇ ਕਾਰ ਕਮਿਸ਼ਨਰ ਵਰੁਣ ਰੂਲਜ਼ਮ ਅਤੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇਦੀ ਰਹਾਇਸ਼ ਤੇ ਸ਼ਾਪੇ ਮਾਰੇ ਸਨ ਵੇਰਵੇ ਅਨੁਸਾਰ ਹੁਣ ED ਨੇ ਪੰਜਾਬ ਦੇ ਆਬਾਕਾਰੀ ਮਹਿਕਮੇ ਦੇ ਸਾਬਕਾ ਅਤੇ ਮੌਜੂਦਾ ਤਿੰਨ ਅਫਸਰਾਂ ਦੀ ਤਿਕੜੀ ਨੂੰ ਵਾਰੋ-ਵਾਰੀ ਤਲਬ ਕੀਤਾ ਸੀ ਜਿਨ੍ਹਾਂ ਤੋਂ ਆਬਾਕਾਰੀ ਨੀਤੀ ਨੂੰ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਸੂਤਰਾਂ ਅਨੁਸਾਰ ਈਟੀ ਵੱਲੋਂ ਆਈਐਸ ਅਧਿਕਾਰੀ ਕੇਪੀ ਸਿਨਹਾ ਨੇ ਇਸ ਹਫਤੇ ਦੇ ਸ਼ੁਰੂਦ ਦੇ ਵਿੱਚ ਤਲਬ ਕਰਕੇ ਸਵਾਲ-ਜਵਾਬ ਕੀਤੇ ਗਏ ਸਨ ਈਟੀ ਨੇ ਲੰਗੇ ਦਿਨੀ ਆਪਾਕਾਰੀ ਮਹਿਕਮੇ ਦੇ ਕਮਿਸ਼ਨਰ ਵਰੁਣ ਰੁੰਜਮ ਅਤੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇ ਨੂੰ ਦਿੱਲੀ ਤਲਬ ਕੀਤਾ ਸੀ ਅਤੇ ਇਹਨਾਂ ਦੋਵਾਂ ਅਧਿਕਾਰੀਆਂ ਨੂੰ ਸਵਾਲ ਕੀਤੇ ਸਨ ਪਤਾ ਲੱਗਾ ਹੈ ਕਿ ਨਰੇਸ਼ ਦੂਬੇ ਨੂੰ ਈਦੀ ਪਹਿਲਾਂ ਵੀ ਇੱਕ ਹਫਤਾ ਬਲਾ ਚੁੱਕੀ ਹੈ ਸੂਤਰ ਦੱਸਦੇ ਹਨ ਕਿ 6 ਸਤੰਬਰ ਨੂੰ ਨਰੇਸ਼ ਦੂਬੇ ਦੀ ਪੰਚਕੁਲਾ ਸਥਿਤ ਰਿਹائش ਤੇ ਮਾਰੇ ਸ਼ਾਪੇ ਦੌਰਾਨ ਈਡੀਆ ਅਧਿਕਾਰੀਆਂ ਨੇ ਉਹਨਾਂ ਦਾ ਮੋਬਾਈਲ ਕਬਜ਼ੇ ਦੇ ਵਿੱਚ ਲਿਆ ਸੀ ਸੰਗੀ ਜਾਂਚ ਏਜੰਸੀ ਨੂੰ ਮੋਬਾਈਲ ਵਿਚਲੇ ਡੇਟਾ ਤੋਂ ਕੁਝ ਸੁਰਾਗ ਹੱਥ ਲੱਗੇ ਨੇ ਜਿਨ੍ਹਾਂ ਨੂੰ ਲੈ ਕੇ ਇਹਨਾਂ ਅਧਿਕਾਰੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਆਪਕਾਰੀ ਮੰਤਰੀ ਹਰਪਾਲ ਸਿੰਘ ਟੀਮਾਂ ਦੇ ਨਾਲ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਉਹਨਾਂ ਨੂੰ ਉਹਨਾਂ ਨੇ ਫੋਨ ਨਹੀਂ ਚੁੱਕਿਆ ਪਿੰਡ ਦਿਉਣ ਦੇ ਕਿਸਾਨ ਗੁਰਪ੍ਰੀਤ ਸਿੰਘ ਦੀ 12 ਏਕੜ ਝੋਨੇ ਦੀ ਫਸਲ ਕੀਟਨਾਸ਼ਕ ਦਵਾਈ ਦਾ ਛੜਕਾ ਕਰਨ ਮਗਰੋਂ ਤਬਾਹ ਹੋ ਗਈ ਹੈ। ਇਸ ਸਬੰਧੀ ਪੀੜਤ ਕਿਸਾਨ ਗੁਰਪ੍ਰੀਤ ਨੇ ਗੋਨੇਆਣਾ ਮੰਡੀ ਦੇ ਆੜਤੀ ਸ਼ਾਦੀ ਨਾਲ ਸ਼ਾਦੀ ਲਾਲ ਖਿਲਾਫ ਪੁਲਿਸ ਕੋਲ ਨਕਲੀ ਕੀਟਨਾਸ਼ਕ ਦਵਾਈ ਵੇਚਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਪਿੰਡ ਬੁਰਜ ਮਹਿਮਾ ਵਿੱਚ 12 ਏਕੜ ਜ਼ਮੀਨ ਪ੍ਰਤੀ ਏਕੜ 64000 ਰੁਪਏ ਠੇਕੇ ਤੇ ਲੈ ਕੇ ਚੋਨੇ ਦੀ ਫਸਲ ਲਾਈ ਸੀ ਉਸਨੇ ਫਸਲ ਤੇ ਕੀਟਨਾਸ਼ਕ ਦਵਾਈ ਦਾ ਛੜਕਾ ਕਰਨ ਦੇ ਲਈ ਗੋਨਿਆਣਾ ਮੰਡੀ ਦੇ ਆੜਤੀਆ ਸ਼ਾਦੀ ਲਾਲ ਤੋਂ ਦਵਾਈ ਖਰੀਦੀ ਸੀ ਪਰ ਛੜਕਾ ਕਰਨ ਤੇ 3-4 ਦਿਨਾਂ ਬਾਅਦ ਹੀ ਫਸਲ ਸੁੱਕਣੀ ਸ਼ੁਰੂ ਹੋ ਗਈ ਗੁਰਪ੍ਰੀਤ ਨੇ ਇਸ ਸੰਬੰਧੀ ਆੜਤੀਆ ਨੂੰ ਸੂਚਿਤ ਵੀ ਕੀਤਾ ਅਤੇ ਆੜਤੀਆ ਨੇ ਕੰਪਨੀ ਵਾਲਿਆਂ ਨੂੰ ਮੌਕਾ ਵੀ ਦਿਖਾਇਆ ਪਰ ਹੁਣ ਉਕਤ ਆੜਤੀਆ ਵੇਚੀ ਗਈ ਨਕਲੀ ਕੀਟਨਾਸ਼ਕ ਦਵਾਈ ਤੋਂ ਮੁਕਰ ਰਿਹਾ ਹੈ ਗੁਰਪ੍ਰੀਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੀ ਨੁਕਸਾਨੀ ਫਸਲ ਦੀ ਪਰਪਾਈ ਨਾ ਕੀਤੀ ਗਈ ਤਾਂ ਉਹ ਉਕਤ ਫਰਮ ਸਾਹਮਣੇ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੋਣਗੇ ਉਧਰ ਬੀਕੇਯੂ ਇਕਤਾ ਸਿੱਧੂਪੁਰ ਦੀ ਪਿੰਡ ਇਕਾਈ ਦੇ ਪ੍ਰਧਾਨ ਰਾਮ ਸਿੰਘ ਬਰਾੜ ਨੇ ਬੀਕੇਯੂ ਗ੍ਰਾਹਾਂ ਦੀ ਇਕਾਈ ਪ੍ਰਧਾਨ ਨੇ ਕਿਹਾ ਕਿ ਜੇ ਪੀੜਤ ਕਿਸਾਨ ਦੇ ਨੁਕਸਾਨ ਦੀ ਪਰਪਾਈ ਨਾ ਕੀਤੀ ਗਈ ਤਾਂ ਫਰਮ ਖਿਲਾਫ ਤਰਨਾ ਲਗਾਇਆ ਜਾਵੇਗਾ ਪੰਜਾਬ ਦੇ ਅਤੀ ਦਰਜ ਸਾਬਕਾ ਵਿਧਾਇਕਾਂ ਨੇ ਇੱਕ ਵਿਧਾਇਕ ਇੱਕ ਪੈਨਸ਼ਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਹਾਈ ਕੋਰਟ ਨੇ ਅੱਜ ਇਸ ਮਾਮਲੇ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਵੀ ਮੰਗ ਲਿਆ ਹੈ ਇੱਕ ਵਿਧਾਇਕ ਇੱਕ ਪੈਨਸ਼ਨ ਨੂੰ ਚੁਣੌਤੀ ਦੇਣ ਵਾਲਿਆਂ ਦੇ ਵਿੱਚ ਸਾਬਕਾ ਵਿਧਾਇਕ ਲਾਲ ਸਿੰਘ ਗੁਰਵਿੰਦਰ ਸਿੰਘ اٹਵਾਲ ਰਕੇਸ਼ ਪਾਂਡੇ ਸਰਵੰਤ ਸਿੰਘ ਮੋਹਨ ਲਾਲ ਅਤੇ ਸੋਨ ਸਿੰਘ ਠੰਡਲ ਸ਼ਾਮਲ ਨੇ ਜਿਤੇ ਰਹਿ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਟਰਮਾਂ ਦੀਆਂ ਪੈਨਸ਼ਨਾਂ ਲੈਣ ਵਾਲੇ ਸਾਬਕਾ ਵਿਧਾਇਕਾਂ ਨੂੰ ਇੱਕ ਵਿਧਾਇਕ ਇੱਕ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ ਅਤੇ ਪੰਜਾਬ ਵਿਧਾਨ ਸਭਾ ਨੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਸੀ ਪੰਜਾਬ ਸਰਕਾਰ ਨੇ ਰਾਜਪਾਲ ਤੋਂ ਹਰੀ ਝੰਡੀ ਮਿਲਣ ਮਗਰੋਂ 13 ਅਗਸਤ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਕਾਫੀ ਸ਼ਲਾਘਾ ਹੋਈ ਸੀ ਇਸ ਫੈਸਲੇ ਨਾਲ ਕਰੀਬ 225 ਸਾਬਕਾ ਵਿਧਾਇਕਾਂ ਦੀ ਪੈਨਸ਼ਨ ਪ੍ਰਭਾਵਿਤ ਹੋਈ ਹੈ ਸਾਬਕਾ ਵਿਧਾਇਕਾਂ ਨੇ ਪਟੀਸ਼ਨ ਦੇ ਵਿੱਚ ਕਿਹਾ ਕਿ ਜੋ ਨਵਾਂ ਕਾਨੂੰਨ ਬਣਿਆ ਗਿਆ ਹੈ ਬਣਾਇਆ ਗਿਆ ਹੈ ਉਸ ਨੂੰ ਪਿਛਲੀ ਤਰੀਕ ਤੋਂ ਲਾਗੂ ਕੀਤਾ ਗਿਆ। ਉਹਨਾਂ ਪਟੀਸ਼ਨ ਦੇ ਵਿੱਚ ਕਿਹਾ ਕਿ ਇਸ ਕਾਨੂੰਨ ਨੂੰ ਨਵੇਂ ਵਿਧਾਇਕਾਂ ਤੋਂ ਲਾਗੂ ਕੀਤਾ ਜਾਵੇਗਾ। ਪਟੀਸ਼ਨ ਮੁਤਾਬਕ ਦਹਾਕਿਆਂ ਪੁਰਾਣੇ ਸਾਬਕਾ ਵਿਧਾਇਕਾਂ ਨੂੰ ਅੱਜ ਨਵੇਂ ਸਾਬਕਾ ਵਿਧਾਇਕਾਂ ਦੇ ਬਰਾਬਰ ਖੜਾ ਕਰ ਦਿੱਤਾ ਗਿਆ। ਇਸ ਫੈਸਲੇ ਨੂੰ ਗੈਰ ਸੰਵਿਧਾਨਿਕ ਕਿਹਾ ਗਿਆ। ਉਹਨਾਂ ਨੇ ਤਰਕ ਦਿੱਤਾ ਕਿ ਜਿਸ ਦਿਨ ਤੋਂ ਕਾਨੂੰਨ ਬਣਦਾ ਹੈ ਉਸ ਦਿਨ ਤੋਂ ਹੀ ਲਾਗੂ ਹੋਣਾ ਚਾਹੀਦਾ ਹੈ ਹੁਣ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਪੇਸ਼ ਕੀਤਾ ਜਾਵੇਗਾ ਚੇਤੇ ਰਹੇ ਕਿ ਇਸ ਵੇਲੇ ਕਰੀਬ 325 ਸਾਬਕਾ ਵਿਧਾਇਕ ਹਨ ਜਿਨ੍ਹਾਂ ਚੋਂ 225 ਇੱਕ ਤੋਂ ਜ਼ਿਆਦਾ ਟਮਾਂ ਦੀ ਪੈਨਸ਼ਨ ਲੈ ਰਹੇ ਨੇ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਸਿੱਕਿ ਇਸ ਫੈਸਲੇ ਦੇ ਨਾਲ 5 ਵਰਿਆਂ ਦੇ ਵਿੱਚ ਕਰੀਬ 100 ਕਰੋੜ ਰੁਪਏ ਦੀ ਬਚਤ ਹੋਵੇਗੀ ਹੁਣ ਨਵੇਂ ਕਾਨੂੰਨ ਮਗਰੋਂ ਸਾਬਕਾ ਵਿਧਾਇਕਾਂ ਨੂੰ ਸਿਰਫ ਡੀਏ ਤੋਂ ਇਲਾਵਾ 60000 ਰੁਪਏ ਪੈਨਸ਼ਨ ਹੀ ਮਿਲੇਗੀ ਪਰੀਸ ਨੂੰ ਦੇ ਲਾਗਲੇ ਸ਼ਹਿਰ ਮਰਸਿਡ ਵਸਦੇ ਪੰਜਾਬੀ ਫਾਰਮਰ ਰਾਜ ਕਾਲੂ ਨੇ ਮਰਸਿਡ ਯੂਨੀਵਰਸਿਟੀ ਦੇ ਲਈ 5 ਮਿਲੀਅਨ ਡਾਲਰ ਦਾ ਦਾਨ ਦੇ ਕੇ ਪੂਰੇ ਪੰਜਾਬੀ ਭਾਈਚਾਰੇ ਨੂੰ ਦਾਮ ਮਾਣ ਵਧਾਇਆ ਹੈ ਆਰ ਐਚ ਐਮ ਫਾਰਮ ਦੇ ਮਾਲਕ ਨੇ ਪਿਛਲੇ 20 ਸਾਲਾਂ ਚ ਆਪਣੇ ਪਰਿਵਾਰਕ ਕਾਰੋਬਾਰ ਅਤੇ ਸਾਖ ਨੂੰ ਲਗਾਤਾਰ ਵਧਾਇਆ ਹੈ ਉਹਨਾਂ ਨੇ ਇਹ ਦਾਨ ਦੇਣ ਦਾ ਐਲਾਨ 2019 ਦੇ ਵਿੱਚ ਕੀਤਾ ਸੀ ਉਹ ਪਿਛਲੇ ਲੰਬੇ ਸਮੇਂ ਤੋਂ ਪਿਸਤਾ ਅਤੇ ਬਦਾਮ ਦੀ ਖੇਤੀ ਕਰਦੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਮੇਰੇ ਮਨ ਵਿੱਚ ਹਮੇਸ਼ਾ ਇਹ ਖਿਆਲ ਰਿਹਾ ਹੈ ਜਿਸ ਕਮਿਊਨਿਟੀ ਵਿੱਚ ਰਹਿ ਕੇ ਮੈਂ ਤਰੱਕੀ ਕੀਤੀ ਹੈ ਉਸ ਕਮਿਊਨਿਟੀ ਨੂੰ ਕੁਝ ਵਾਪਸ ਦੇਣ ਦਾ ਟਾਈਮ ਆ ਗਿਆ ਹੈ ਕਾਲੋ ਨੇ ਜੋ ਵਾਅਦਾ ਕੀਤਾ ਸੀ ਉਸ ਦੇ ਮੁਤਾਬਕ ਯੂਨੀਵਰਸਿਟੀ ਦੇ ਮਰਸਿਡ ਕਾਲਜ ਆਫ ਐਗਰੀਕਲਚਰ ਦੇ ਲਈ 20000 ਵਰਕਫੁੱਟ ਦੇ ਖੇਤੀਬਾੜੀ ਅਤੇ ਉਦਯੋਗਿਕ ਟੈਕਨੋਲੋਜੀ ਕੰਪਲੈਕਸ ਬਣ ਕੇ ਤਿਆਰ ਹੋ ਚੁੱਕਾ ਹੈ ਜਿਹੜਾ ਕਿ ਪੰਜਾਬੀਆਂ ਦੀ ਪਰਮੀ ਹਾਜ਼ਰੀ ਦਰਾਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਹਵਾਲੇ ਕੀਤਾ ਗਿਆ ਇਸ ਮੌਕੇ ਯੂਨੀਵਰਸਿਟੀ ਅਧਿਕਾਰੀ ਨੇ ਕਿਹਾ ਕਿ ਇਹ ਮਰਸਿਡ ਕਾਲਜ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਤੋਹਫਾ ਹੈ ਤੇ ਆਉਣ ਵਾਲੀਆਂ ਵਡੀਆਂ ਚੀਜ਼ਾਂ ਦੀ ਸ਼ੁਰੂਆਤ ਹੈ। ਉਹਨਾਂ ਕਿਹਾ ਕਿ ਰਾਜ ਕਾਲੂ ਵੱਲੋਂ ਕੀਤੇ ਗਏ ਇਸ ਵੱਡੇ ਕਾਰਜ ਲਈ ਸਾਨੂੰ ਹਮੇਸ਼ਾ ਉਹਨਾਂ ਤੇ ਮਾਣ ਰਹੇਗਾ। ਅਸੀਂ ਸਾਡੇ ਵਿਦਿਆਰਥੀ ਤੇ ਖੇਤੀਬਾੜੀ ਪ੍ਰੋਗਰਾਮ ਦੇ ਵਿੱਚ ਨਿਵੇਸ਼ ਕਰਨ ਦੇ ਲਈ ਰਾਜ ਕਾਲੂ ਦਾ ਧੰਨਵਾਦ ਕਰਦੇ ਹਾਂ। ਅਮਰੀਕਾ ਨੇ ਪਾਕਿਸਤਾਨ ਨੂੰ ਹੜ੍ਹ ਅਤੇ ਆਫਤ ਦੀ ਸਹਾਇਤਾ ਦੇ ਹਿੱਸੇ ਵਜੋਂ ਇਸ ਸਾਲ 5.30 ਲੱਖ ਕਰੋੜ ਡਾਲਰ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਵਾਈਟ ਹਾਊਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਨਕਦੀ ਦੀ ਕਮੀ ਨਾਲ ਜੂਟ ਰਿਹਾ ਪਾਕਿਸਤਾਨ ਪਿਛਲੇ 30 ਸਾਲਾਂ ਦੇ ਸਭ ਤੋਂ ਭਿਆਨਕ ਹੜ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿੱਚ ਜੂਨ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ 1400 ਤੋਂ ਵੱਧ ਨਾਗਰਿਕ ਮਾਰੇ ਗਏ ਨੇ ਅਤੇ 3.30 ਕਰੋੜ ਲੋਕ ਪ੍ਰਭਾਵਿਤ ਹੋਏ ਨੇ ਦੇਸ਼ ਦਾ ਇੱਕ ਤਿਹਾਈ ਹਿੱਸਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਅਤੇ ਹਰ 7 ਵਿੱਚੋਂ ਇੱਕ ਵਿਅਕਤੀ ਹੜ੍ਹ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇਸ ਹੜ੍ਹ ਸੰਕਟ ਕਾਰਨ ਪਾਕਿਸਤਾਨ ਨੂੰ 12 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਅਤੇ 78000 ਵਰਗ ਕਿਲੋਮੀਟਰ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਵਾਈਟ ਹਾਊਸ ਦੀ ਪ੍ਰੈਸ ਸੈਕਰਟਰੀ ਕੈਰਨ ਜੀਨ ਪੀਆਰ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਸੀਂ ਹੜ੍ਹ ਅਤੇ ਆਫ਼ਤਾਂ ਦੇ ਨਾਲ ਜਿੱਟਣ ਦੇ ਲਈ ਇਸ ਸਾਲ ਪਾਕਿਸਤਾਨ ਨੂੰ 5.31 ਕਰੋੜ ਡਾਲਰ ਤੋਂ ਵੱਧ ਦੀ ਮਦਦ ਦਿੱਤੀ ਹੈ ਇਸ ਤੋਂ ਇਲਾਵਾ ਯੂਐਸ ਸੈਂਟਰਲ ਕਮਾਂਡ ਵਿੱਚ 3 ਲੱਖ ਲੋਕਾਂ ਨੂੰ ਆਸਰਾ ਅਤੇ ਹੋਰ ਘਰੇਲੂ ਸਮਾਨ ਦੀ ਸਹਾਇਤਾ ਦੇ ਲਈ 44200 ਕਿਚਨ ਸ਼ੀਟਸ 1500 ਪਲਾਸਟਿਕ ਸ਼ੀਟਸ ਤੇ 35000 ਪਲਾਸਟਿਕ ਤਰਪਾਲਾਂ ਤੇ 8700 ਆਸਰਾ ਉਪਕਰਨ ਦੀ ਸਪਲਾਈ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਗਾਈ ਸਹਿਯੋਗ ਸੰਗਠਨ ਯਾਨੀ SCCO ਨੂੰ ਸੱਦਾ ਦਿੱਤਾ ਹੈ ਕਿ ਕੋਵਿਡ-19 ਮਹਾਮਾਰੀ ਅਤੇ ਯੂਕਰੇਨ ਸੰਕਟ ਕਾਰਨ ਪਏ ਅੜਿੱਕਿਆਂ ਨੂੰ ਦੂਰ ਕਰਨ ਦੇ ਲਈ ਪਰੋਸ ਸਹਿਯੋਗ ਤੇ ਲਚਕੀਲੀਆਂ ਸਪਲਾਈ ਚੇਨਾਂ ਵਿਕਸਿਤ ਕੀਤੀਆਂ ਜਾਣ। ਉਨਾ ਕਿਹਾ ਕਿ ਟੀਚਾ ਹਾਸਲ ਕਰਨ ਦੇ ਲਈ ਮੈਂਬਰ ਮੁਲਕਾਂ ਵੱਲੋਂ ਬਿਹਤਰ ਸੰਪਰਕ ਅਤੇ ਵਪਾਰ ਦੇ ਲਈ ਆਵਾਜ਼ਾਈ ਦੀ ਪੂਰੀ ਕੋਲ ਦੇਣੀ ਚਾਹੀਦੀ ਹੈ ਉਜ਼ਬੇਕਿਸਤਾਨ ਦੇ ਇਤਿਹਾਸਿਕ ਸ਼ਹਿਰ ਸਮਰਕੰਦ ਚ 8 ਮੁਲਕਾਂ ਵਾਲੇ ਐਸਈਓ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਇਸ ਸਾਲ 7.7 ਫੀਸਦੀ ਦੀ ਦਰ ਦੇ ਨਾਲ ਵਿਕਸਿਤ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਕਿ ਐਸਈਓ ਮੈਂਬਰ ਮੁਲਕਾਂ ਚ ਵਧੇਰੇ ਸਹਿਯੋਗ ਅਤੇ ਆਪਸੀ ਪਰੋਸੇ ਦੀ ਭਾਰਤ ਹਮਾਇਤ ਕਰਦਾ ਹੈ ਕਰੀਬ 28 ਮਹੀਨੇ ਪਹਿਲਾਂ ਪੂਰਬੀ ਲਦਾਖ ਚ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਹੈ ਕਿ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇੱਕ ਮੱਚ ਤੇ ਇਕੱਠੇ ਨਜ਼ਰ ਆਏ ਸਿਖਰ ਸੰਮੇਲਨ ਦੌਰਾਨ ਰੂਸੀ ਰਾਸ਼ਟਰਪਤੀ ਵਲਾਮੀਰ ਪੁਤਿਨ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਹੋਰ ਆਗੂ ਹਾਜ਼ਰ ਸਨ ਸ਼੍ਰੀ ਮੋਦੀ ਵੱਲੋਂ ਵਪਾਰ ਦੇ ਲਈ ਮੁਲਕਾਂ ਦੇ ਰਾਹ ਖੋਲੇ ਚਾਣ ਤੇ ਉਸ ਸਮੇਂ ਜ਼ੋਰ ਦਿੱਤਾ ਗਿਆ ਜਦੋਂ ਪਾਕਿਸਤਾਨ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਦੀ ਅਜਿਹੀ ਸਹੂਲਤ ਪ੍ਰਦਾਨ ਕਰਨ ਤੇ ਆਪਣੀ ਝਿਜਕ ਝਾਰ ਕੀਤੀ ਹੈ ਆਲਮੀ ਪੱਧਰ ਤੇ ਭੋਜਨ ਅਸੁਰੱਖਿਆਤਾ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਮੋਟੋ ਅਨਾਜ ਦੀ ਕਾਸ਼ਤ ਅਤੇ ਖਪਤ ਨੂੰ ਉਤਸ਼ਾਹਿਤ ਕਰਨ ਦਾ ਹੁਕਾ ਦਿੱਤਾ ਹੈ ਮੋਟੋ ਅਨਾਜ ਸੁਪਰ ਫੂਡ ਹੈ ਜੋ ਹਜ਼ਾਰਾਂ ਸਾਲਾਂ ਤੋਂ ਨਾ ਸਿਰਫ ਐਸਈਸੀਓ ਦੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਬੀਜਿਆ ਜਾ ਰਿਹਾ ਹੈ ਅਤੇ ਇਹ ਭੋਜਨ ਸੰਕਟ ਦਾ ਰਵਾਇਤੀ ਪੌਸ਼ਟਿਕ ਅਤੇ ਘੱਟ ਲਾਗਤ ਵਾਲਾ ਬਦਲੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਸਈਸੀਓ ਨੂੰ ਮਿਲਟ ਫੂਡ ਫੈਸਟੀਵਲ ਕਰਵਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਆਰਥਿਕ ਸਹਿਯੋਗ ਦੀ ਗੱਲ ਕਰਦੇ ਹਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਮਹਾਂਮਾਰੀ ਮਗਰੋਂ ਆਰਥਿਕ ਰਿਕਵਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤਾਂ ਐਸਈਸੀਓ ਦੀ ਭੂਮਿਕਾ ਅਹਿਮ ਹੋ ਗਈ ਹੈ ਉਨ੍ਹਾਂ ਕਿਹਾ ਕਿ ਆਲਮੀ ਜੀਡੀਪੀ 'ਚ ਐਸਈਸੀਓ ਮੈਂਬਰ ਮੂਲਕਾਂ ਦਾ ਕਰੀਬ 30% ਦਾ ਯੋਗਦਾਨ ਹੈ ਤੇ ਦੁਨੀਆ ਦੀ 40% ਦੀ ਆਬਾਦੀ ਵੀ ਇਸ ਤਰ੍ਹਾਂ ਦੇ ਮੈਂਬਰ ਮੂਲਕਾਂ ਦਾ ਮੂਲਕਾਂ 'ਚ ਵਸਦੀ ਹੈ ਅਸੀਂ ਭਾਰਤ ਨੂੰ ਮੈਨੂਫੈਕਚਰਿੰਗ ਦਾ ਕੇਂਦਰ ਬਣਾਉਣ ਵੱਲ ਅੱਗੇ ਵਧ ਰਹੇ ਹਾਂ ਭਾਰਤ ਦੇ ਨੌਜਵਾਨ ਅਤੇ ਹੁਨਰਮੰਦ ਕਾਮੇ ਸਾਨੂੰ ਕੁਦਰਤੀ ਤੌਰ ਤੇ ਮੁਕਾਬਲੇ 'ਚ ਖੜਾ ਕਰ ਰਹੇ ਨੇ ਇਸ ਸਾਲ ਭਾਰਤ ਦੀ ਆਰਥਿਕ ਵਿਕਾਸ ਦਰ 7.7% ਦੀ ਰਹਿਣ ਦਾ ਅਨੁਮਾਨ ਹੈ ਦੁਨੀਆ ਦੇ ਵੱਡੇ ਅਰਥਚਾਰਿਆਂ 'ਚੋਂ ਸਭ ਤੋਂ ਵੱਧ ਰਹੇਗੀ ਉਨ੍ਹਾਂ ਕਿਹਾ ਕਿ ਲੋਕਾਂ ਤੇ ਕੇਂਦਰਿਤ ਵਿਕਾਸ ਮਾਡਲ 'ਚ ਟੈਕਨੋਲੋਜੀ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਸੈਕਟਰ ਚ ਕਾਢਾਂ ਨੂੰ ਸਰਕਾਰ ਹਮਾਇਤ ਦੇ ਰਹੀ ਹੈ ਭਾਰਤ ਚ ਅੱਜ 70000 ਤੋਂ ਵੱਧ ਸਟਾਰਟਅਪ ਹਨ ਜਿਨ੍ਹਾਂ ਚੋਂ 100 ਤੋਂ ਵੱਧ ਯੂਨੀਕੌਰਨਸ ਹਨ ਸਾਡਾ ਇਹ ਤਜਰਬਾ ਐਸੀਸੀਓ ਦੇ ਹੋਰ ਮੈਂਬਰਾਂ ਦੇ ਲਈ ਵੀ ਅਹਿਮ ਹੋ ਸਕਦਾ ਹੈ ਅਸੀਂ ਸਟਾਰਟਅਪਸ ਦੇ ਅਤੇ ਕਾਢਾਂ ਬਾਰੇ ਨਵਾਂ ਵਿਸ਼ੇਸ਼ ਕਾਰਜਕਾਰੀ ਗਰੁੱਪ ਬਣਾ ਕੇ ਐਸੀਸੀਓ ਮੈਂਬਰਾਂ ਦੇ ਨਾਲ ਤਜਰਬਾ ਸਾਂਝਾ ਕਰ ਸਕਦੇ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮੈਡੀਕਲ ਅਤੇ ਵੈਲਨੈਸ ਸੇਰਸ ਪਾਰਟੇ ਲਈ ਦੁਨੀਆ ਚ ਸਭ ਤੋਂ ਸਸਤਾ ਸਥਾਨ ਬਣ ਗਿਆ ਹੈ ਉਹਨਾਂ ਰਵਾਇਤੀ ਮੈਡੀਸਿਨ ਬਾਰੇ SCCO ਵਰਕਿੰਗ ਗਰੁੱਪ ਬਣਾਉਣ ਦਾ ਸੱਦਾ ਵੀ ਦਿੱਤਾ। 8 ਚੀਤੇ ਲੈ ਕੇ ਭਾਰਤੀ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਅੱਜ ਸਵੇਰੇ ਮਧ ਪ੍ਰਦੇਸ਼ ਵਿੱਚ ਕੋਨੂ ਨੈਸ਼ਨਲ ਪਾਰਕ ਨੇੜੇ ਪਾਲੰਪੁਰ ਪਹੁੰਚੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ ਮੌਕੇ ਇਹਨਾਂ ਲਈ ਬਣਾਏ ਗਏ ਵਿਸ਼ੇਸ਼ ਬਾੜੀਆਂ ਦੇ ਵਿੱਚ ਛੱਡਿਆ। ਭਾਰਤ ਦੇ ਵਿੱਚ ਚੀਤੇ ਅਲੋਪ ਹੋਣ ਦੇ ਨਾ ਦਾ ਐਲਾਨ ਕੀਤੇ ਜਾਣ ਤੋਂ 7 ਦਹਾਕੇ ਬਾਅਦ ਇਸ ਪ੍ਰਜਾਤੀ ਨੂੰ ਦੇਸ਼ ਵਿੱਚ ਮੁੜ ਤੋਂ ਵਸਾਉਣ ਦੇ ਪ੍ਰੋਜੈਕਟ ਤਹਿਤ ਨਾਬੀਬੀਆਂ ਤੋਂ 8 ਚੀਤੇ ਲੈ ਕੇ ਵਿਸ਼ੇਸ਼ ਮਾਲਵਾਹਕ ਜਹਾਜ਼ ਅੱਜ ਸਵੇਰੇ ਗਵਾਲੀਅਰ ਹਵਾਈ ਅੱਡੇ ਤੇ ਪਹੁੰਚੇ ਸਨ ਉਪਰੰਤ ਇਹਨਾਂ ਨੂੰ 20 ਤੋਂ 25 ਮਿੰਟ ਦੀ ਯਾਤਰਾ ਮਗਰੋਂ 165 ਕਿਲੋਮੀਟਰ ਦੂਰ ਹੈਲੀਕਾਪਟਰ ਰਾਹੀਂ ਪਾਲੰਪੁਰ ਲਿਆਂਦਾ ਗਿਆ ਮਾਲਵਾਹਕ ਬੋਇੰਗ ਜਹਾਜ਼ ਨੇ ਸ਼ੁੱਕਰਵਾਰ ਰਾਤ ਨੂੰ ਨਬੀਬੀਆ ਤੋਂ ਉਡਾਣ ਭਰੀ ਸੀ ਅਤੇ ਕਰੀਬ 10 ਘੰਟੇ ਦੇ ਲਗਾਤਾਰ ਸਫ਼ਰ ਦੌਰਾਨ ਚੀਤਿਆਂ ਨੂੰ ਲੱਕੜ ਦੇ ਬਣੇ ਪਿੰਜਰਿਆਂ ਦੇ ਵਿੱਚ ਪਹਿਲਾਂ ਗਵਾਲੀਅਰ ਤੇ ਫਿਰ ਇੱਥੇ ਲਿਆਂਦਾ ਗਿਆ ਕੋਨਾ ਨੈਸ਼ਨਲ ਪਾਰਕ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਜਨਮਦਿਨ ਮੌਕੇ ਇਹਨਾਂ ਚੀਤਿਆਂ ਨੂੰ ਇਨਾਂ ਦੇ ਲਈ ਬਣਾਏ ਗਏ ਵਿਸ਼ੇਸ਼ ਬਾੜੀਆਂ ਦੇ ਵਿੱਚ ਛਟਿਆ ਮਹਾਰਾਣੀ ਲਿਜ਼ਬੈਥ 2 ਦੇ ਅੰਤਿਮ ਦਰਸ਼ਨਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਵਿੱਚ ਭਾਰਤੀ ਪ੍ਰਵਾਸੀ ਭਾਈਚਾਰਾ ਵੀ ਪਿੱਛੇ ਨਹੀਂ ਹੈ ਵੈਸਟਮਿੰਸਟਰ ਹਾਲ ਦੇ ਬਾਹਰ ਲੱਗੀਆਂ ਕਈ-ਕਈ ਕਿਲੋਮੀਟਰ ਲੰਬੀਆਂ ਕਿਤਾੜਾਂ ਦੇ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਨੇ ਇਹਨਾਂ ਦੇ ਵਿੱਚ ਬਜ਼ੁਰਗ ਤੇ ਨਿੱਕੇ ਬੱਚੇ ਸਣੇ ਲਗਭਗ ਹਰ ਵਰਗ ਦੇ ਲੋਕ ਹਨ ਕਈ ਵੀਲਚੇਅਰ ਤੇ ਵੀ ਹਨ ਤੇ ਕੁਝ ਤਾਂ ਆਪਣੇ ਕੁੱਤਿਆਂ ਨੂੰ ਨਾਲ ਲੈ ਕੇ ਆਏ ਨੇ ਇਸ ਦੌਰਾਨ ਹਿੰਦੂ ਤੇ ਸਿੱਖ ਭਾਈਚਾਰਿਆਂ ਨੇ ਮਹਾਰਾਣੀ ਦੀ ਯਾਦ ਦੇ ਵਿੱਚ ਮੰਦਰਾਂ ਤੇ ਗੁਰਦੁਆਰਿਆਂ ਦੇ ਵਿੱਚ ਪ੍ਰਾਰਥਨਾਵਾਂ ਸਮਾਗਮ ਵੀ ਰੱਖੇ ਨੇ ਪਿਛਲੇ ਇੱਕ ਹਫ਼ਤੇ ਤੋਂ ਯੂਕੇ ਦੇ ਗੁਰਦੁਆਰਿਆਂ ਦੇ ਵਿੱਚ ਮਹਾਰਾਣੀ ਦੀ ਅੰਤਮ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕੇਂਦਰੀ ਇੰਗਲੈਂਡ ਦੇ ਗੁਰੂ ਤੇਗ ਬਹਾਦਰ ਗੁਰਦੁਆਰੇ ਦੇ ਵਿੱਚ ਦੋ ਰੋਜ਼ਾ ਸਮਾਗਮ ਵੀ ਰੱਖਿਆ ਗਿਆ ਹੈ ਅਡਾਨੀ ਗਰੁੱਪ ਦੇ ਚੇਅਰਮੈਨ ਗੋਤਮ ਅਡਾਨੀ ਲੋਇਸ ਵਿੰਟਨ ਦੇ ਬਰਨार्ड ਅਰਨੋਲਡ ਨੂੰ ਪ੍ਰਸ਼ਾਦ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਨੇ ਫੋਬਸ ਨੇ ਰੀਅਲ ਟਾਈਮ ਅਰਪਤੀਆਂ ਦੀ ਸੂਚੀ ਜਾਰੀ ਕੀਤੀ ਹੈ ਐਲਾਨ ਮਸਕ ਅਮੀਰਾਂ ਦੀ ਸੂਚੀ ਦੇ ਵਿੱਚ ਸਭ ਤੋਂ ਉੱਪਰ ਨੇ ਇਸ ਸਮੇਂ ਗੌਤਮ ਅਡਾਨੀ ਦੀ ਕੁੱਲ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ 153.9 ਅਰਬ ਅਮਰੀਕੀ ਡਾਲਰ ਹੈ ਜਦੋਂ ਕਿ ਅਰਨੋਲਡ ਦੀ ਕੁੱਲ ਜਾਇਦਾਦ 153.7 ਅਰਬ ਡਾਲਰ ਹੈ ਫੋਬਸ ਦੇ ਅੰਕੜਿਆਂ ਅਨੁਸਾਰ ਅਡਾਨੀ ਹੁਣ ਐਲਾਨ ਐਲਨ ਮਸਕ ਤੋਂ ਪਿੱਛੇ ਹਨ ਜਿਨ੍ਹਾਂ ਦੀ ਕੁੱਲ ਜਾਇਦਾਦ 273.5 ਅਰਬ ਡਾਲਰ ਹੈ ਭਾਰਤ ਦੇ ਇੱਕ ਹੋਰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 99.9 ਅਰਬ ਡਾਲਰ ਹੈ ਤੇ ਉਹ ਇਸ ਸੂਚੀ ਦੇ ਵਿੱਚ 8ਵੇਂ ਨੰਬਰ ਤੇ ਨੇ ਅਡਾਨੀ ਐਂਟਰਪ੍ਰਾਈਜ਼ ਨੇ ਪਿਛਲੇ 5 ਸਾਲਾਂ ਦੌਰਾਨ ਨਵੇਂ ਖੇਤਰਾਂ ਦੇ ਵਿੱਚ ਭਾਰੀ ਨਿਵੇਸ਼ ਕੀਤਾ ਹੈ ਜਿਨ੍ਹਾਂ ਦੇ ਵਿੱਚ ਹਵਾਈ ਅੱਡੇ ਸੀਮੈਂਟ ਕਾਪਰ ਡਾਟਾ ਕੇਂਦਰ ਸੜਕਾਂ ਤੇ ਸੋਲਰ ਸੈੱਲ ਆਦਿ ਦਾ ਨਿਰਮਾਣ ਇਕਾਈਆਂ ਸ਼ਾਮਲ ਨੇ ਕੈਨੇਡਾ ਦੇ ਵਿੱਚ ਮੰਕੀ ਪੋਕਸ ਦੀ ਲਾਗ ਦੇ ਹੁਣ ਤੱਕ 1363 ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ 38 ਮਰੀਜ਼ ਹਸਪਤਾਲ ਦੇ ਵਿੱਚ ਇਲਾਜ ਦੇ ਨੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਸਿਹਤ ਏਜੰਸੀ ਮੁਤਾਬਕ ਸ਼ੁੱਕਰਵਾਰ ਨੂੰ ਮੰਕੀ ਪੋਕਸ ਦੇ 1363 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਇਹਨਾਂ ਦੇ ਵਿੱਚੋਂ ਅਨਟੈਰੀਓ ਦੇ ਵਿੱਚ 656 ਕਿਊਬਿਕ ਕਿਊਬਿਕ ਦੇ ਵਿੱਚ 515 ਬ੍ਰਿਟਿਸ਼ ਕੋਲੰਬੀਆ ਦੇ ਵਿੱਚ 150 ਅਲਬਰਟਾ ਦੇ ਵਿੱਚ 34 ਸਕੇਚਵਨ ਦੇ ਵਿੱਚ 3 ਤੇ ਯੂਕੌਨ ਦੇ ਵਿੱਚ 2 ਅਤੇ ਨੋਵਾ ਸਕੋਸ਼ੀਆ ਮੈਨੀਟੋਬਾ ਅਤੇ ਨਿਊ ਬ੍ਰਾਂਟਸਵਿਕ ਵਿੱਚ ਇੱਕ ਇੱਕ ਮਾਮਲੇ ਸਾਹਮਣੇ ਆਏ ਨੇ ਮਾਰਾ ਦੇ ਅਨੁਸਾਰ ਮੰਕੀ ਪਾਕਸ ਇੱਕ ਵਾਇਰਲ ਬਿਮਾਰੀ ਹੈ ਜੋ ਕਿ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਵਿੱਚ ਇੱਕ ਸੰਕਰਮਿਤ ਵਿਅਕਤੀ ਦੇ ਨਜ਼ਦੀਕੀ ਸੰਪਰਕ ਦੇ ਰਾਹੀਂ ਇੱਕ ਵਿਅਕਤੀ ਤੋਂ ਦੂਜੀ ਵਿਅਕਤੀ ਵਿੱਚ ਫੈਲ ਸਕਦੀ ਹੈ ਜਿਸ ਵਿੱਚ ਗਲੇ ਮਿਲਣਾ ਕਿਸਮਾਲਸ ਜਾਂ ਜਿੰਸੀ ਸਬੰਧ ਵੀ ਸ਼ਾਮਲ ਨੇ ਬੀਤੇ ਦਿਨੀ ਇੱਕ ਮਹਿਲਾ ਬਟਾਲਾ ਦੇ ਬੈਂਕ ਕਲੋਨੀ ਰਹਿਣ ਵਾਲੇ ਰਵਿੰਦਰ ਸਿੰਘ ਜੋ ਕਿ ਅਪਾਹਜ ਸੀ ਅਤੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਆਪਣੇ ਮਾਪੇ-ਪਿਓ ਦੇ ਨਾਲ ਰਹਿ ਰਹੇ ਸੀ ਅਤੇ ਘਰ ਤੋਂ ਕੁਝ ਦੂਰੀ ਤੇ ਇੱਕ ਮੈਰਿਜ ਪੈਲੇਸ ਦੇ ਬਾਹਰ ਭੇਦਭਰੇ ਤਰੀਕੇ ਦੇ ਨਾਲ লাশ ਮਿਲਦੀ ਹੈ ਅਤੇ ਪਰਿਵਾਰ ਵੱਲੋਂ ਮੁਹੱਲੇ ਦੇ ਹੀ ਦਿਨ ਨੌਜਵਾਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਪਰ ਪੁਲਿਸ ਦੇ ਵੱਲੋਂ ਕਿਸੇ ਦੇ ਖਿਲਾਫ ਵੀ ਨਾ ਤਾਂ ਕੋਈ ਮਾਮਲਾ ਦਰਜ ਕੀਤਾ ਗਿਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਪਰਿਵਾਰ ਵਾਲਿਆਂ ਨੇ ਆਪਣੀਆਂ ਨਿਹੰਗ ਜਥੇਬੰਦੀਆਂ ਨੂੰ ਨਾਲ ਲੈ ਕੇ ਪ੍ਰੈਸ ਵਾਰਤਾ ਕੀਤੀ ਅਤੇ 5 ਦਿਨਾਂ ਦਾ ਸਮਾ ਪੁਲਿਸ ਨੂੰ ਦਿੱਤਾ ਹੈ ਜੇਕਰ 5 ਦਿਨਾਂ ਦੇ ਅੰਦਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਸੰਘਰਸ਼ ਨੂੰ ਪੰਜਾਬ ਭਰ ਦੇ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਨਾਲ ਲੈ ਕੇ ਦਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਮ੍ਰਿਤਕ ਬਹਾਜ ਪੁੱਤ ਦੇ ਬਾਪ ਨੇ ਦੱਸਿਆ ਕਿ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪੁਲਿਸ ਨੂੰ ਅਸੀਂ ਉਹਨਾਂ ਨੌਜਵਾਨਾਂ ਦੇ ਨਾਮ ਵੀ ਦਿੱਤੇ ਨੇ ਜਿਨ੍ਹਾਂ ਨੇ ਮੇਰੇ ਪੁੱਤ ਦਾ ਕਤਲ ਕੀਤਾ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸਨੇ ਕਿਹਾ ਕਿ ਇਹ ਤਿੰਨੋਂ ਨੌਜਵਾਨ ਨਸ਼ੇ ਦਾ ਕਾਰੋਬਾਰ ਵੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਅਤੇ ਅੱਗੇ ਵੀ ਇਨਾ ਉਤੇ ਕਈ ਮਾਮਲੇ ਦਰਜ ਨੇ ਉਸਨੇ ਕਿਹਾ ਕਿ ਜੇਕਰ ਪੁਲਿਸ ਦੇ ਵੱਲੋਂ ਦੋਸ਼ੀਆਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਾਡੇ ਵੱਲੋਂ ਪੰਜਾਬ ਦੀਆਂ ਸਮੂਹ ਨਿਹੰਗ ਜਥੇਬੰਦੀਆਂ ਨੂੰ ਨਾਲ ਲੈ ਕੇ ਐਸਐਸਪੀ ਦੇ ਦਫ਼ਤਰ ਦੇ ਬਾਹਰ ਦਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਾਣਕਾਰੀ ਦਿੰਦੇ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਇਹ ਪਰਿਵਾਰ ਆਪਣੇ ਪੁੱਤ ਦਾ ਮੈਡੀਕਲ ਨਹੀਂ ਸੀ ਕਰਵਾ ਰਿਹਾ ਜਦ ਪੁਲਿਸ ਦੇ ਧਿਆਨ ਦੇ ਵਿੱਚ ਮਾਮਲਾ ਆਇਆ ਤਾਂ ਪੁਲਿਸ ਨੇ ਮੈਡੀਕਲ ਕਰਵਾਇਆ ਮੈਡੀਕਲ ਰਿਪੋਰਟ ਕੱਲ ਆਈ ਹੈ ਜੋ ਵੀ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਉਸ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਪੇਗੀ ਐਸੀ ਹੁੰਦੀਆਂ ਖਬਰਾਂ ਤੁਸੀਂ ਦੇਖਦੇ ਰਹੋ ਪੰਜਾਬ ਮੇਲੀ ਯੂਐਸਟੀਵੀ ਪੇੰਨਦੇ ਵਾਕਿਆ ਸਤਿ ਸ਼੍ਰੀ ਅਕਾਲ